ਈਵਨ ਆਪਾਂ ਆਮ ਆਦਮੀ ਪਾਰਟੀ ਵਾਲਾ ਦੇਖਿਆ ਵੀ ਆਮ ਆਦਮੀ ਪਾਰਟੀ ਤੋਂ ਵੱਡੇ ਮਹਿਮ ਕੋਈ ਨਹੀਂ ਚਲਾ ਸਕਦਾ ਅਕਾਲੀ ਅਕਾਲੀਆਂ ਕੋਲ ਤਾਂ ਇੱਡਾ ਵੱਡਾ ਇਨਫਰਾਸਟ੍ਰਕਚਰ ਨਹੀਂ ਹੋਊਗਾ ਵੀ ਉਹ ਘਰ ਘਰ ਤੱਕ ਪਹੁੰਚ ਜਾਣ ਪੰਜਾਬ ਡੈਮੋਕ੍ਰੈਟਿਕ ਅਲਾਈਅੰਸ ਜਿਹੜਾ ਬਣਿਆ ਸੀ ਉਸ ਦੇ ਵਿੱਚ ਆਮ ਆਦਮੀ ਪਾਰਟੀ ਨੇ ਆਉਣ ਤੋਂ ਮਨਾ ਕਰ ਦਿੱਤਾ ਹਾਂਜੀ ਹਾਂਜੀ ਉਹ ਫਿਰ ਮਤਲਬ ਉਹ ਸੀਟਾਂ ਦਿੱਤੀਆਂ ਗਈਆਂ ਈਵਨ ਕਿ ਉਹਨਾਂ ਕੋਈ ਫਰਕ ਨਹੀਂ ਪਾ ਸਕੇ ਬਿਲਕੁਲ ਨਹੀਂ ਪਿਆ ਅਕਾਲੀ ਦਲ ਨੂੰ ਜਾਂ ਕਾਂਗਰਸ ਨੂੰ ਖਤਮ ਕਰਨਾ ਇੰਨੀ ਸੌਖੀ ਖੇਡ ਨਹੀਂ ਹੈ ਜਿੰਨੀ ਸਮਝੀ ਬੈਠੇ ਅਤੇ ਹੁਣ ਆਪਾਂ ਗੱਲਬਾਤ ਕਰਦੇ ਹਾਂ ਸਿੱਖ ਸਿਆਸਤ ਜਿਵੇਂ ਕਿ ਆਪਾਂ ਨੂੰ ਪਤਾ ਹੀ ਇੱਕ ਵੈਬਸਾਈਟ ਚੱਲਦੀ ਹੈਗੀ ਹੈ ਅਤੇ ਉਹਨਾਂ ਦੇ ਉੱਤੇ ਜਿਹੜਾ ਹੈ ਸ਼੍ਰੀ ਦਰਬਾਰ ਸਾਹਿਬ ਦਾ ਹੁਕਮਨਾਮਾ ਉਹਨਾਂ ਨੇ ਆਪਣੀ ਜਿਹੜੀ ਸੋਸ਼ਲ ਮੀਡੀਆ 'ਤੇ ਕਹਿ ਲਈਏ ਜਾਂ ਫੇਸਬੁੱਕ 'ਤੇ ਪਾਇਆ ਸੀ ਉਸ ਨੂੰ ਲੈ ਕੇ ਜਿਹੜਾ ਹੈਗਾ ਉਹਨਾਂ ਨੂੰ ਨੋਟਿਸ ਭੇਜਿਆ ਗਿਆ ਹੈਗਾ ਅਵਤਾਰ ਸਿੰਘ ਜੀ ਕੀ ਕਹੋਗੇ ਤੁਸੀਂ ਉਹਨਾਂ ਦਾ ਇਹ ਕਹਿਣਾ ਕਿ ਅਸੀਂ ਜਿਹੜਾ ਹੁਕਮਨਾਮਾ ਹੈ ਕਿਸੇ ਚੈਨਲ ਤੋਂ ਨਹੀਂ ਲਿਆ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ SGPC ਸ਼੍ਰੋਮਣੀ ਕਮੇਟੀ ਦੀ ਵੈਬਸਾਈਟ ਤੋਂ ਲੈ ਕੇ ਅਸੀਂ ਤਾਂ ਕਿ ਹੋਰ ਲੋਕਾਂ ਤੱਕ ਵੱਧ ਪਹੁੰਚਾਇਆ ਜਾ ਸਕੇ ਅਸੀਂ ਇਹ ਕਾਫੀ ਲੰਬੇ ਸਮੇਂ ਤੋਂ ਕਰਦੇ ਸੀਗੇ ਅਤੇ ਕੀ ਉਸ ਦੇ ਉੱਤੇ ਕਿਸੇ ਨਿੱਜੀ ਚੈਨਲ ਦੀ ਆਪਾਂ ਕਹੀ ਕਿ ਉਹ ਜਗੀਰ ਹੋ ਗਿਆ ਜਾਂ ਕਿਸ ਤਰ੍ਹਾਂ ਤੁਸੀਂ ਕਿੱਦਾਂ ਲੈਂਦੇ ਹਾਂਜੀ ਇਹ ਵੈਸੇ ਦੁਖਦਾਈ ਖਬਰ ਹੈਗੀ ਆ ਨਾ ਵੀ ਸਾਨੂੰ ਪਤਾ ਲੱਗਿਆ ਕੁਛ ਨੌਜਵਾਨ ਨੇ ਜਿਹੜੇ ਸਿੱਖਿਆ ਵਿੱਚ ਨਾ ਕ੍ਰੀਏਟਿਵ ਜਰਨਲਿਸਟ ਨੇ ਉਹ ਕ੍ਰੀਏਟਿਵ ਜਰਨਲਿਜ਼ਮ ਕਰ ਰਹੇ ਨੇ ਸਿੱਖੀ ਦਾ ਦਰਦ ਨੂੰ ਸਮਝ ਕੇ ਪੰਥਕ ਖੇਤਰ ਵਿੱਚ ਉਹ ਕਾਰਜ ਕਰ ਰਹੇ ਨੇ ਉਹਨਾਂ ਨੇ ਸ਼੍ਰੀ ਦਰਬਾਰ ਸਾਹਿਬ ਤੋਂ ਜਿਹੜਾ ਹਰ ਰੋਜ਼ ਹੁਕਮਨਾਮਾ ਆਉਂਦਾ ਆਪਣੀ ਵੈਬਸਾਈਟ 'ਤੇ ਲਾਇਆ ਅਤੇ ਸਾਨੂੰ ਹੁਣ ਪਤਾ ਲੱਗਿਆ ਵੀ ਕਿਸੇ TV ਚੈਨਲ ਵੱਲੋਂ ਇੱਕ ਨਿੱਜੀ TV ਚੈਨਲ ਵੱਲੋਂ ਉਹਨਾਂ ਨੂੰ ਕਾਨੂੰਨੀ ਤੌਰ 'ਤੇ ਨੋਟਿਸ ਆ ਗਿਆ ਵੀ ਇਹ ਸਾਡੀ ਕਾਪੀਰਾਈਟ ਹੈਗਾ ਸੋ ਅਸੀਂ ਸਮਝਦੇ ਹਾਂ ਵੀ ਸ਼੍ਰੀ ਦਰਬਾਰ ਸਾਹਿਬ ਦੇ ਹੁਕਮਨਾਮੇ 'ਤੇ ਕਿਸੇ ਦਾ ਕਾਪੀਰਾਈਟ ਨਹੀਂ ਹੋਣਾ ਚਾਹੀਦਾ ਉਹ ਕੌਮ ਦੀ ਜਾਇਦਾਦ ਆ ਕੌਮ ਦਾ ਕਾਪੀਰਾਈਟ ਆ ਪੂਰੇ ਸਿੱਖ ਧਰਮ ਦਾ ਕਾਪੀਰਾਈਟ ਆ ਈਵਨ ਬਾਅਦ 'ਚੋਂ ਵੀ ਸਿੱਖਾਂ ਤੋਂ ਬਾਅਦ ਦਾ ਵੀ ਜਸਟ ਉਹਨੂੰ ਸਿੱਖ ਧਰਮ ਦਾ ਵੀ ਕਾਪੀਰਾਈਟ ਆਪਾਂ ਨਾ ਕਹੀਏ ਈਵਨ ਹਿੰਦੂ ਜਾਂ ਮੁਸਲਮਾਨ ਜਾਂ ਕੋਈ ਵੀ ਆ ਕੇ ਮਤਲਬ ਉਹਨੂੰ ਸੁਣ ਸਕਦਾ ਹੈ ਵਿਚਾਰ ਸਕਦਾ ਉਪਦੇਸ਼ ਚੋਂ ਵਰਨਾ ਕੋ ਸਮਝਿਆ ਸੋ ਅਸੀਂ ਇੱਕ ਤਾਂ ਇਹ ਕਹਿੰਦੇ ਆ ਵੀ ਦੁਖਦਾਈ ਹੈ ਅਤੇ ਦੂਜਾ ਅਸੀਂ ਉਸ ਚੈਨਲ ਦੇ ਪ੍ਰਬੰਧਕਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਵੀ ਘੱਟੋ ਘੱਟ ਆਪਾਂ ਆਪਣੀਆਂ ਜਿਹੜੀਆਂ ਬਿਜ਼ਨਸ ਓਰੀਐਂਟਡ ਐਕਟੀਵਿਟੀਜ਼ ਆ ਉਹਨੂੰ ਸ਼੍ਰੀ ਦਰਬਾਰ ਸਾਹਿਬ ਦੇ ਹੁਕਮਨਾਮੇ ਵਿੱਚ ਨਾ ਉਲਝਾਈਏ ਵੀ ਉਹ ਜਿਹੜਾ ਉਹਨਾਂ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਉਹ ਵਾਪਸ ਲੈ ਲਿਆ ਜਾਵੇ ਕਿਉਂਕਿ ਸ਼੍ਰੀ ਹਰਿਮੰਦਰ ਸਾਹਿਬ ਦਾ ਹੁਕਮਨਾਮਾ ਸਾਰਿਆਂ ਲਈ ਇੱਕ ਉਪਦੇਸ਼ ਹੈ ਹਰ ਸਿੱਖ ਚਾਹੁੰਦਾ ਹੈਗਾ ਵੀ ਉਸ ਹੁਕਮਨਾਮੇ ਨੂੰ ਸੁਣਿਆ ਜਾਵੇ ਉਹ ਕਿਸ ਮਾਧਿਅਮ ਰਾਹੀਂ ਆਉਂਦਾ ਇਹਦਾ ਸਾਨੂੰ ਇੰਨਾ ਫਿਕਰ ਨਹੀਂ ਹੋਣਾ ਚਾਹੀਦਾ ਜੇ ਕਿਸੇ ਵੀ ਮਾਧਿਅਮ ਰਾਹੀਂ ਉਹਨਾਂ ਨੂੰ ਵੀ ਚਾਹੀਦਾ ਉਹ ਚੈਨਲ ਦੇ ਮਾਲਕਾਂ ਨੂੰ ਕਿ ਗੁਰੂ ਸਾਹਿਬ ਨੇ ਤੁਹਾਨੂੰ ਕਿੰਨੀਆਂ ਬਖਸ਼ਿਸ਼ਾਂ ਕੀਤੀਆਂ ਨੇ ਅਤੇ ਗੁਰੂ ਨਾਲ ਜੁੜਨ ਕਰਕੇ ਜਾਂ ਸ਼੍ਰੀ ਦਰਬਾਰ ਸਾਹਿਬ ਦੇ ਜਿਹੜੇ ਕੀਰਤਨ ਦੀ ਟਰਾਂਸਮਿਸ਼ਨ ਦੇ ਰਾਈਟਸ ਆ ਤੁਹਾਡੇ ਕੋਲ ਹੋਣ ਕਰਕੇ ਤੁਹਾਡਾ ਚੈਨਲ ਕਿੰਨੀਆਂ ਅੱਗੇ ਵੱਧ ਰਿਹਾ ਹੈਗਾ ਉਹ ਗੁਰੂ ਸਾਹਿਬ ਦੀ ਬਖਸ਼ਿਸ਼ਾਂ ਕਰਕੇ ਹੀ ਵੱਧ ਰਿਹਾ ਹੈਗਾ ਸੋ ਉਹਨਾਂ ਬਖਸ਼ਿਸ਼ਾਂ ਨੂੰ ਮਨ ਵਿੱਚ ਤਾਰਦੇ ਹੋਏ ਤੁਹਾਨੂੰ ਚਾਹੀਦਾ ਵੀ ਇੱਕ ਛੋਟੇ ਜਿਹੇ ਬੱਚੇ ਕੋਈ ਇੱਕ ਛੋਟੀ ਜਿਹੀ ਵੈਬਸਾਈਟ ਚਲਾ ਰਹੇ ਨੇ ਕੁਛ ਨੌਜਵਾਨ ਵੀ ਉਹਨਾਂ ਨੂੰ ਇਸ ਤਰ੍ਹਾਂ ਦੇ ਕਾਨੂੰਨੀ ਵਲਗਣਾਂ 'ਚ ਨਾ ਉਲਝਾਇਆ ਜਾਵੇ ਤਾਂ ਕਿ ਉਹਨਾਂ ਦੇ ਰਾਹ ਨਾ ਰੁਕ ਜਾਣ ਉਹ ਕੌਮ ਦੇ ਹੀ ਬੱਚੇ ਨੇ ਅਤੇ ਕੌਮ ਦੇ ਦਰਦ 'ਚੋਂ ਜਾਂ ਕੌਮ ਦੀ ਪੀੜ ਨੂੰ ਹੀ ਉਹ ਅੱਗੇ ਇੰਟਰਪ੍ਰੈਟ ਕਰ ਰਹੇ ਨੇ ਸੋ ਕੌਮ ਲਈ ਉਹ ਆਪਣੀ ਜ਼ਿੰਮੇਵਾਰੀ ਇੱਕ ਬਿਜ਼ਨਸ ਤੋਂ ਰਹਿਤ ਹੈ ਨਾ ਵੀ ਉਹ ਕੋਈ ਬਿਜ਼ਨਸ ਨਹੀਂ ਚਲਾ ਰਹੇ ਬਹੁਤ ਵੱਡਾ ਉਹ ਜਸਟ ਇੱਕ ਜਜ਼ਬੇ 'ਚੋਂ ਵੈਬਸਾਈਟ ਚਲਾ ਰਹੇ ਨੇ ਸੋ ਅਸੀਂ ਸਮਝਦੇ ਹਾਂ ਵੀ ਸਿੱਖ ਬੱਚਿਆਂ ਨੂੰ ਜਿਹੜੇ ਸਿੱਖੀ ਨੂੰ ਪ੍ਰਮੋਟ ਕਰ ਰਹੇ ਆ ਅਸੀਂ ਉਹਨਾਂ ਦੀ ਹਮਾਇਤ ਕਰੀਏ ਨਾ ਕਿ ਉਹਨਾਂ ਦੇ ਰਾਹ ਵਿੱਚ ਅੜਕੇ ਡਾਈਏ ਸੋ ਅਸੀਂ ਅਕਾਲ ਚੈਨਲ ਰਾਹੀਂ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਉਸ ਪ੍ਰਾਈਵੇਟ ਚੈਨਲ ਨੂੰ ਵੀ ਇਸ ਕਿਸਮ ਦੇ ਅੜਕੇ ਨਾ ਪਾਏ ਜਾਣ ਧਰਮ ਦੇ ਮਾਮਲੇ ਵਿੱਚ ਉਹ ਆਪਣੇ ਬਿਜ਼ਨਸ ਇੰਟਰਸਟ ਆ ਜਿਹੜੇ ਉਹ ਨਾ ਲੈ ਕੇ ਆਉਣ ਅਤੇ ਉਹ ਜਿਹੜਾ ਕਾਨੂੰਨੀ ਨੋਟਿਸ ਆ ਉਹ ਵਾਪਸ ਲੈ ਲਿਆ ਜਾਵੇ ਬਿਲਕੁਲ ਜੀ ਔਰ ਇਸ ਦੇ ਨਾਲ ਜੇ ਆਪਾਂ ਕਹੀਏ ਕਿ ਜਿਹੜਾ ਹੁਕਮਨਾਮਾ ਹੈ ਜਾਂ ਜੋ ਇਲਾਹੀ ਹੁਕਮਨਾਮਾ ਦਰਬਾਰ ਸਾਹਿਬ ਤੋਂ ਆਉਂਦਾ ਹੈ ਉਸ ਦੇ ਉੱਤੇ ਜਿਹੜਾ ਹੈ ਸ਼੍ਰੋਮਣੀ ਕਮੇਟੀ ਨੂੰ ਵੀ ਇਸ 'ਤੇ ਕੁਛ ਨਾ ਕੁਛ ਸੋਚਣਾ ਚਾਹੀਦਾ ਕਿ ਇਸ ਤਰੀਕੇ ਦੀਆਂ ਕਾਰਵਾਈਆਂ ਨਾ ਹੋਣ ਕਿਉਂਕਿ ਇਸ ਨੂੰ ਜਿਹੜਾ ਵੱਧ ਤੋਂ ਵੱਧ ਦੁਨੀਆ ਦੇ ਵਿੱਚ ਪਹੁੰਚਾਉਣ ਦੇ ਵਿੱਚ ਉਹਨਾਂ ਨੂੰ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਔਰ ਜੇ ਕੋਈ ਆਪਣੇ ਲੈਵਲ 'ਤੇ ਕਰਦਾ ਹੈਗਾ ਤਾਂ ਉਸ ਦੇ ਰਸਤੇ ਦੇ ਵਿੱਚ ਰੋੜਾ ਨਹੀਂ ਬਣਨਾ ਚਾਹੀਦਾ ਸਗੋਂ ਉਹਦੀ ਸ਼ਲਾਘਾ ਕਰਨੀ ਚਾਹੀਦੀ ਹੈ ਹੋਰ ਵੀ ਇਸ ਤਰੀਕੇ ਦੇ ਮਾਧਿਅਮ ਤਿਆਰ ਹੋਣੇ ਚਾਹੀਦੇ ਆ ਕਿ ਉਹ ਹਰੇਕ ਸਿੱਖ ਤੱਕ ਹਰੇਕ ਘਰ ਤੱਕ ਈਵਨ ਕਿ ਜਿਨ੍ਹਾਂ ਦੇ ਕੋਲ ਸੋਸ਼ਲ ਮੀਡੀਆ ਦਾ ਇੰਟਰਨੈਟ ਦਾ TV ਦਾ ਐਕਸੈਸ ਨਹੀਂ ਹੈਗਾ ਉਹਨਾਂ ਤੱਕ ਵੀ ਜਿਹੜਾ ਪਹੁੰਚਣ ਦੇ ਜਿਹੜੇ ਸਾਧਨ ਨੇ ਉਹਨਾਂ ਬਾਰੇ ਵੀ ਜਿਹੜਾ ਖਿਆਲ ਹੈ ਉਹ ਉਹਨਾਂ ਨੂੰ ਕਰਨਾ ਚਾਹੀਦਾ ਹੈ ਅਤੇ ਹੁਣ ਆਪਾਂ ਗੱਲਬਾਤ ਕਰਦੇ ਹਾਂ ਪੰਜਾਬ ਦੇ ਵਿੱਚ ਤੀਸਰੀ ਧਿਰ ਉੱਠਣ ਦੀਆਂ ਜਿਵੇਂ ਕਿ ਪਿਛਲੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲ ਕਰਕੇ ਆਏ ਸੀ ਕਿ ਪਰਮਿੰਦਰ ਸਿੰਘ ਢੀਂਡਸਾ ਹੋਣਾ ਨੇ ਉਹਨਾਂ ਨੇ ਜਿਹੜਾ ਅਸਤੀਫਾ ਦੇ ਦਿੱਤਾ ਹੈ ਆਪਣੀ ਜੇ ਕਹੀਏ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜਾ ਹੈ ਲੈਜਿਸਲੇਟਿਵ ਜਿਹੜਾ ਪਾਰਟੀ ਦੇ ਉਹ ਮੈਂਬਰ ਸਨ ਜਾਂ ਉਹਨਾਂ ਦੇ ਚੇਅਰਮੈਨ ਸਨ ਉਸ ਦੇ ਵਜੋਂ ਉਹਨਾਂ ਨੇ ਜਿਹੜਾ ਅਸਤੀਫਾ ਦਿੱਤਾ ਹੈ ਔਰ ਉਹਨਾਂ ਦਾ ਅਸਤੀਫਾ ਜਿਹੜਾ ਹੈ ਸਵੀਕਾਰ ਹੋ ਗਿਆ ਹੋਇਆ ਅਵਤਾਰ ਸਿੰਘ ਜੀ ਕੀ ਇਹ ਤੀਸਰੀ ਧਿਰ ਫਿਰ ਖੜੀ ਹੋ ਰਹੀ ਹੈਗੀ ਹਾਂਜੀ ਦੇਖੋ ਯਤਨ ਤਾਂ ਉਹ ਕਰ ਰਹੇ ਹੈਗੇ ਆ ਪਰ ਇਹਦਾ ਕੀ ਅਕਾਲੀ ਦਲ ਨੂੰ ਕੋਈ ਫਰਕ ਪਏਗਾ ਨਹੀਂ ਅਕਾਲੀ ਦਲ ਨੂੰ ਹਲੇ ਇੰਨੀ ਛੇਤੀ ਨਹੀਂ ਫਰਕ ਪੈਂਦਾ
ਕਿਉਂਕਿ ਅਕਾਲੀ ਦਲ ਦੀਆਂ ਜੜ੍ਹਾਂ ਪੂਰੇ ਪੰਜਾਬ ਵਿੱਚ ਨੇ। ਤੀਜੀ ਧਿਰ ਨੇ ਹਲੇ ਆਪਣਾ ਕੰਮ ਸ਼ੁਰੂ ਕਰਨਾ ਹੈਗਾ, ਜੇ 2022 ਦੀਆਂ ਇਲੈਕਸ਼ਨਾਂ ਨੂੰ ਲੈ ਕੇ ਵੀ ਉਹ ਕਰ ਰਹੇ ਨੇ ਤਾਂ ਉਹਨਾਂ ਨੂੰ ਦੇ ਹੈਵ ਲੌਂਗ ਵੇ ਟੂ ਗੋ, ਬਹੁਤ ਲੰਬਾ ਰਸਤਾ ਉਹਨਾਂ ਨੂੰ, ਪਿੰਡ ਪਿੰਡ ਬਲੋਕ ਬਲੋਕ ਜਾ ਕੇ ਆਪਣੀਆਂ ਜਿਹੜੀਆਂ ਇਕਾਈਆਂ ਸਥਾਪਿਤ ਕਰਨੀਆਂ, ਫਿਰ ਸੰਦੇਸ਼ ਦੇਣਾ, ਉਨੀ ਲੀਡਰਸ਼ਿਪ ਦੀ ਸਮਰੱਥਾ ਹੈ, ਇਕੋਨਮੀ ਹੈ, ਪੈਰ ਜਟਾਉਣ ਦੀ, ਅਕਾਲੀ ਦਲ ਦੇ ਪੈਰ ਉਖੇੜਨ ਦੀ ਉਨੀ ਸਮਰੱਥਾ, ਇਸ ਤਰ੍ਹਾਂ ਦਾ ਇਹ ਬਹੁਤ ਵੱਡਾ ਕਾਰਜ ਹੈਗਾ। ਈਵਨ ਆਪਾਂ ਆਮ ਆਦਮੀ ਪਾਰਟੀ ਵਾਲਾ ਦੇਖਿਆ ਵੀ ਆਮ ਆਦਮੀ ਪਾਰਟੀ ਤੋਂ ਵੱਡੇ ਮੁਹਿੰਮ ਕੋਈ ਨਹੀਂ ਚਲਾ ਸਕਦਾ ਜਿਹੜੇ ਪੰਜਾਬ ਵਿੱਚ ਚੱਲੀ। ਬਿਲਕੁਲ, ਆਪਾਂ ਜੇ ਕਹੀਏ ਜਿੱਥੇ ਇੱਕ ਪਾਸੇ ਪੂਰੇ ਦੇਸ਼ ਦੇ ਵਿੱਚ ਮੋਦੀ ਵੇਵ ਸੀ, ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਵੇਵ ਸੀ, ਹੈ ਨਾ, ਵੀ ਉਸ ਲੈਵਲ 'ਤੇ ਜਦੋਂ ਉਹਨਾਂ ਨੇ ਵਿਧਾਨ ਸਭਾ 'ਚ ਜਿਹੜੇ ਨਤੀਜੇ ਆਏ ਉਹ 20 ਸੀਟਾਂ ਤੱਕ ਸੀਮਤ ਰਹਿ ਗਏ। ਸੋ ਇੰਨੇ ਵੱਡੇ ਯਤਨਾਂ ਦੇ ਬਾਵਜੂਦ ਜਦੋਂ ਉਹਨਾਂ ਨੇ ਇੱਕ ਇੱਕ ਪਿੰਡ ਇੱਕ ਇੱਕ ਘਰ ਤੱਕ ਪਹੁੰਚ ਕੀਤੀ, ਕਿਉਂਕਿ ਮੈਨੂੰ ਲੱਗਦੀ ਵੀ ਟਕਸਾਲੀ ਅਕਾਲੀਆਂ ਕੋਲ ਤਾਂ ਐਡਾ ਵੱਡਾ ਇਨਫਰਾਸਟਰਕਚਰ ਨਹੀਂ ਹੋਊਗਾ ਵੀ ਉਹ ਘਰ ਘਰ ਤੱਕ ਪਹੁੰਚ ਜਾਣ। ਆਮ ਆਦਮੀ ਪਾਰਟੀ ਦੇ ਵਰਕਰ ਇਕੱਲੇ ਇਕੱਲੇ ਘਰ ਆਪਣਾ ਪੋਸਟਰ ਦੇ ਕੇ ਗਏ, ਹਰ ਘਰ ਨਾਲ ਉਹਨਾਂ ਨੇ ਇੰਟਰੈਕਟ ਕੀਤਾ, ਇਹਦੇ ਬਾਵਜੂਦ ਵੀ ਲੋਕਾਂ ਨੇ ਵੋਟ ਨਹੀਂ ਪਾਈ। ਸੋ ਇਹ ਹੈਗਾ ਵੀ ਬਹੁਤ ਵੱਡੇ ਅੜਕੇ ਨੇ। ਹਾਂ, ਅਸੀਂ ਉਹਨਾਂ ਦੀ ਇਮਾਨਦਾਰੀ 'ਤੇ ਸ਼ੱਕ ਨਹੀਂ ਕਰਦੇ, ਉਹ ਇਮਾਨਦਾਰ ਨੇ। ਜੇ ਪੰਜਾਬ ਨੂੰ ਇੱਕ ਤੀਜਾ ਬਦਲ ਦੇਣਾ ਚਾਹੁੰਦੇ ਆ, ਉਹਨਾਂ ਨੂੰ ਕੰਮ ਕਰਨਾ ਪਵੇਗਾ। ਉਹਦੇ ਕੰਮ ਵਿੱਚ ਕਿੰਨੇ ਸਕਸੈਸ ਹੁੰਦੇ ਆ, ਇਹ ਤਾਂ ਫਿਰ ਉਹਨਾਂ ਦੀ ਮਿਹਨਤ 'ਤੇ ਔਰ ਸਿੱਖਾਂ ਦੇ ਜਜ਼ਬਿਆਂ ਨੂੰ ਉਹ ਕਿੰਨਾ ਟੁੰਬ ਸਕਦੇ ਆ, ਉਹਦੇ 'ਤੇ ਡਿਪੈਂਡ ਕਰੋ। ਔਰ ਇਸ ਦੇ ਨਾਲ ਨਾਲ ਜੇ ਆਪਾਂ ਕਹੀਏ ਕਿ ਜਦੋਂ ਵੋਟਾਂ ਦੀ, ਜਦੋਂ ਆਪਾਂ ਕਹੀਏ ਕਿ ਸੀਟਾਂ ਦੀ ਵੰਡ ਦੀ ਗੱਲ ਆਉਂਦੀ ਹੈ, ਉਦੋਂ ਵੱਡੀਆਂ ਵੱਡੀਆਂ ਪਾਰਟੀਆਂ ਬਿਖਰ ਜਾਂਦੀਆਂ, ਸਾਰੇ ਬਿਖਰ ਜਾਂਦੀਆਂ, ਉਹ ਬਿਖਰ ਜਾਂਦੇ ਆ। ਉਹੀ ਆਪਾਂ ਦੇਖਿਆ ਕਿ ਆਲਰੇਡੀ ਜਿਹੜਾ ਹੈ ਲੋਕ ਸਭਾ 'ਚ ਹੋ ਚੁੱਕਿਆ ਵੀ ਉਹ ਪੰਜਾਬ ਡੈਮੋਕਰੇਟਿਕ ਅਲਾਈਅੰਸ ਜਿਹੜਾ ਬਣਿਆ ਸੀ ਉਸ ਦੇ ਵਿੱਚ ਆਮ ਆਦਮੀ ਪਾਰਟੀ ਨੇ ਆਉਣ ਤੋਂ ਮਨਾ ਕਰ ਦਿੱਤਾ। ਹਾਂਜੀ ਹਾਂਜੀ, ਉਹ ਫਿਰ ਮਤਲਬ ਉਹ ਸੀਟਾਂ ਦਿੱਤੀਆਂ ਗਈਆਂ, ਈਵਨ ਕਿ ਉਹਨਾਂ ਕੋਈ ਫਰਕ ਨਹੀਂ ਪਾ ਸਕਿਆ, ਬਿਲਕੁਲ ਨਹੀਂ ਪਿਆ ਜੀ। ਉਹ ਇੱਦਾਂ ਖਡੂਰ ਸਾਹਿਬ ਵਾਲੀ ਸੀਟ 'ਤੇ ਕਿੰਨਾ ਰੌਲਾ ਪੈਂਦਾ ਰਿਹਾ, ਆਖਰੀ ਟਾਈਮ 'ਤੇ ਆ ਕੇ ਜਰਨਲ ਜੇ ਸਿੰਘ ਨੂੰ ਕੱਢਿਆ ਉਹਨਾਂ ਨੇ ਲਾ ਕੇ, ਅਤੇ ਈਵਨ ਸੁਖਪਾਲ ਸਿੰਘ ਖਹਿਰ ਵਾਲਾ ਬਠਿੰਡਾ ਸੀਟ 'ਤੇ ਕਿੰਨਾ ਹੁੰਦਾ ਰਿਹਾ, ਸੰਗਰੂਰ ਵਾਲੀ ਸੀਟ 'ਤੇ ਉਹਨਾਂ ਨੇ ਭਗਵੰਤ ਮਾਨ ਵੀ ਖੜ੍ਹਾ ਸੀ, ਜੱਸੇ ਜਸਰਾਜ ਵੀ ਖੜ੍ਹ ਗਿਆ, ਹੋਰ ਦੋ ਤਿੰਨ ਜਣੇ ਖੜ੍ਹ ਕੇ, ਅਤੇ ਮੁੜ ਕੇ ਕੀ ਕੜੀ ਘੁੜੀ ਆ ਉਹ ਸਾਰਾ ਆਪਾਂ ਦੇਖਦੇ। ਸੋ ਇਹ ਪੰਜਾਬ ਨੂੰ ਬਿਲਕੁਲ ਡਿਫਰੈਂਟ ਪਰਸਪੈਕਟਿਵ 'ਚੋਂ ਦੇਖਣ ਦੀ ਲੋੜ ਹੈਗੀ ਆ। ਜੇ ਤੀਜੇ ਧਿਰ ਨੇ ਆਉਣਾ, ਉਹ ਸਾਰੀ ਕੁਲੈਕਟਿਵ ਹੋਣੀ ਚਾਹੀਦੀ ਹੈ, ਅਤੇ ਉਹਦੇ 'ਚੋਂ ਕੰਮ ਕਰਨ ਵਾਲੇ ਵਰਕਰ ਅਤੇ ਹੋਰ ਜਿਹੜਾ ਹੈਗਾ ਵੀ ਸਾਰਾ ਇਨਫਰਾਸਟਰਕਚਰ ਆ, ਉਹ ਅਕਾਲੀ ਦਲ ਨੂੰ ਜਾਂ ਕਾਂਗਰਸ ਨੂੰ ਖਤਮ ਕਰਨਾ ਇੰਨੀ ਸੌਖੀ ਖੇਡ ਨਹੀਂ ਹੈ ਜਿੰਨੀ ਸਮਝੀ ਬੈਠੇ ਨੇ। ਬਿਲਕੁਲ ਜੀ, ਅਤੇ ਹੁਣ ਆਪਾਂ ਗੱਲਬਾਤ ਕਰਦੇ ਹਾਂ ਦਿੱਲੀ ਦੇ ਵਿੱਚ। ਦਿੱਲੀ ਦੇ ਵਿੱਚ ਜਿਹੜੇ ਇਲੈਕਸ਼ਨਸ ਨੇ ਉਹ ਅਨਾਊਂਸ ਹੋ ਚੁੱਕੇ ਨੇ, ਔਰ ਜਿਹੜਾ ਹੈ ਦੁਬਾਰਾ ਜਿਹੜਾ ਮੀਡੀਆ ਦੇ ਵੱਲੋਂ ਉਹਨਾਂ ਦੇ ਜਿਹੜੇ ਸਰਵੇ ਕੀਤੇ ਗਏ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਤਕਰੀਬਨ ਜਿਹੜੀਆਂ ਵੱਡੀ ਮਾਤਰਾ ਦੇ ਵਿੱਚ ਸੀਟਾਂ ਉਹਨਾਂ ਨੂੰ ਦੁਬਾਰਾ ਆਉਣ ਦੇ ਜਿਹੜੇ ਚਾਂਸਿਸ ਹੈਗੇ ਨੇ। ਅਵਤਾਰ ਸਿੰਘ ਜੀ, ਕੀ ਕਹੋਗੇ ਉਹਨਾਂ ਦੀ ਇਸ ਰਿਪੋਰਟ ਬਾਰੇ? ਹਾਂਜੀ ਹਾਂਜੀ, ਇਹ ਆ ਰਿਹਾ ਹੈਗਾ ਕਿਉਂਕਿ 8 ਫਰਵਰੀ ਨੂੰ ਇਲੈਕਸ਼ਨਾਂ ਹੋਣੀਆਂ ਨੇ ਉੱਥੇ, ਅਤੇ ਮੀਡੀਆ ਦੀਆਂ ਰਿਪੋਰਟਾਂ 'ਚ ਆ ਰਿਹਾ ਵੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਦੁਬਾਰੇ ਆ ਸਕਦੀ ਆ। ਉਹਨਾਂ ਦੀਆਂ 8 ਜਾਂ 9 ਸੀਟਾਂ ਘਟਣਗੀਆਂ, ਹੁਣ 67 ਨੇ, ਅਤੇ ਉਸ ਵੱਲ ਕੇ 57-58 ਤੱਕ ਉਹ ਕਰ ਰਹੇ ਨੇ ਵੀ ਇਸ ਲੈਵਲ ਤੱਕ ਜੇ 10 ਵੀ ਘੱਟ ਜਾਂਦੀਆਂ ਨੇ, ਕੁਛ ਚੈਨਲ 10 ਕਹਿ ਰਹੇ ਨੇ ਵੀ ਘਟਣਗੀਆਂ। ਸੋ ਅਸੀਂ ਸਮਝਦੇ ਹਾਂ ਵੀ ਕਿਉਂਕਿ 36 ਸੀਟਾਂ ਦੀ ਲੋੜ ਹੈਗੀ ਆ ਉੱਥੇ ਸਰਕਾਰ ਬਣਾਉਣ ਲਈ। ਸੋ ਜੇ ਉਹ 50 ਤੱਕ ਵੀ ਸੀਮਿਤ ਹੋ ਜਾਂਦੀ ਆਮ ਆਦਮੀ ਪਾਰਟੀ, ਫਿਰ ਵੀ ਉਹ ਸਰਕਾਰ ਬਣਾ ਸਕਦੀ। ਦੇਖੋ ਹੁਣ ਭਾਰਤੀ ਜਨਤਾ ਪਾਰਟੀ ਜਾਂ ਕਾਂਗਰਸ ਕਿੰਨਾ ਕੁ ਉੱਥੇ ਡੈਂਟ ਪਾ ਸਕਦੀ ਹੈਗੀ ਆ। ਵੈਸੇ ਆਮ ਲੋਕਾਂ ਤੋਂ ਸੁਣੀਦਾ ਵੀ ਉਹਨਾਂ ਨੇ ਕੰਮ ਵਗੈਰਾ ਬਹੁਤ ਕੀਤੇ ਨੇ ਅਰਵਿੰਦ ਕੇਜਰੀਵਾਲ ਨੇ। ਸੋ ਜੇ ਦਿੱਲੀ ਵਾਲੇ ਲੋਕ ਅਕਿਰਤਘਣ ਨਾ ਹੋਏ ਤਾਂ ਉਹ ਦੁਬਾਰੇ ਉਹਨਾਂ ਨੂੰ ਚੁਣ ਸਕਦੇ ਹੈਗੇ ਆ। ਬਾਕੀ ਕਈ ਵਾਰੀ ਹੁੰਦਾ ਵੀ ਲੀਡਰਾਂ ਦੇ ਝਾਂਸਿਆਂ ਵਿੱਚ ਆ ਕੇ ਲੋਕ ਗਲਤ ਤੌਰ 'ਤੇ ਵੋਟਿੰਗ ਕਰ ਦਿੰਦੇ ਆ, ਸੋ ਫਿਰ ਉਹਨਾਂ ਨੂੰ ਉਹ ਜਿਹੜਾ ਖਮਿਆਜ਼ਾ ਉਹ ਭੁਗਤਣਾ ਪੈਂਦਾ। ਹੁਣ ਜਿੰਨੀਆਂ ਸਹੂਲਤਾਂ ਮਿਲੀਆਂ ਨੇ ਉਹ ਤੋਂ ਵੀ ਹੱਥ ਧੋਤੇ ਜਾਣਗੇ। ਸੋ ਦੇਖੋ ਵੀ ਕੀ ਗੱਲ ਬਣਦੀ ਆ। ਉੱਦਾਂ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਵੀ ਆਮ ਆਦਮੀ ਪਾਰਟੀ ਸਰਕਾਰ ਬਣਾ ਸਕਦੀ ਹੈ। ਅਤੇ ਅਵਤਾਰ ਸਿੰਘ ਜੀ, ਇਸ ਦੇ ਵਿੱਚ ਜੇ ਆਪਾਂ ਥੋੜ੍ਹਾ ਜਿਹਾ ਬਾਕੀ ਪਾਰਟੀਆਂ ਦਾ ਮੁਲਾਂਕਣ ਕਰ ਲਈਏ, ਅਤੇ ਬੀਜੇਪੀ ਵੱਲੋਂ ਜਿਹੜਾ ਹੈ ਕਾਫੀ ਸਾਰੇ ਜਿਹੜੇ ਕਹੀਏ ਕਿ ਕੈਂਡੀਡੇਟ ਮੁੱਖ ਮੰਤਰੀ ਦੇ ਤੌਰ 'ਤੇ ਸਾਹਮਣੇ ਆਉਣਾ ਚਾਹੁੰਦੇ ਨੇ, ਭਾਵੇਂ ਕਿ ਕੋਈ ਅਨਾਊਂਸ ਨਹੀਂ ਕੀਤਾ ਗਿਆ, 6-7 ਨਾਮ ਜਿਹੜੇ ਉਹ ਵੀ ਸਾਹਮਣੇ ਆਏ ਸੀ, ਅਤੇ ਕਾਂਗਰਸ ਵੱਲੋਂ ਕੋਈ ਇਸ ਤਰ੍ਹਾਂ ਦਾ ਚਿਹਰਾ ਹੈ ਨਹੀਂ, ਔਰ ਦੂਸਰੇ ਬੰਨੇ ਜਿਹੜਾ ਅਰਵਿੰਦ ਕੇਜਰੀਵਾਲ ਉਹ ਆਪਣੇ ਆਪ 'ਤੇ ਉਹ ਸਾਬਿਤ ਕਰ ਚੁੱਕੇ ਨੇ ਸਟਰੋਂਗ ਚਿਹਰਾ ਹੈ, ਕੀ ਇਸ ਦਾ ਵੀ ਕੋਈ ਫਰਕ ਪਵੇਗਾ? ਹਾਂਜੀ ਹਾਂ, ਇਹ ਤਾਂ ਹੈ ਵੀ ਪੋਜ਼ਿਟਿਵ ਆ ਨਾ ਉਹਦੇ ਲਈ, ਅਰਵਿੰਦ ਕੇਜਰੀਵਾਲ ਲਈ ਇਹ ਪੋਜ਼ਿਟਿਵ ਆ। ਹੁਣ ਬੀਜੇਪੀ ਕੋਲ ਹਾਲ ਦੀ ਘੜੀ ਹੁਣ ਤੱਕ ਵੀ ਬੇਸ਼ੱਕ ਅਮਿਤ ਸ਼ਾਹ ਨੇ ਉੱਥੇ ਵੱਡੀ ਕੀਤੀ ਹੈਗੀ ਆ, ਪਿਛਲੇ ਦਿਨ ਰੈਲੀ ਕੀਤੀ ਆ, ਪਰ ਕੋਈ ਮੁੱਖ ਮੰਤਰੀ ਦਾ ਕੈਂਡੀਡੇਟ ਨਹੀਂ ਹਲਾਨੇ, ਹੈ ਨਾ। ਈਵਨ ਕਾਂਗਰਸ ਆ, ਕਾਂਗਰਸ ਕੋਲ ਤਾਂ ਲੀਡਰਸ਼ਿਪ ਦੀ ਉੱਥੇ ਕਮੀ ਹੈਗੀ ਆ। ਅਜੇ ਮਾਕਨ ਆ ਜਿਹੜਾ ਉਹ ਆਪਾਂ ਨਹੀਂ ਸਮਝਦੇ ਵੀ ਇੰਨਾ ਕੈਪੇਬਲ ਹੈ, ਨਹੀਂ ਕੈਪੇਬਲ ਹੈਗਾ ਉਹ। ਮਿਸਟਰ ਜਿਹੜੇ ਇੱਕ ਸਰਦਾਰ ਹੈ ਜਿਹੜੇ ਪਹਿਲਾਂ ਬੀਜੇਪੀ 'ਚ ਸ਼ਾਮਿਲ ਹੋ ਗਿਆ ਸੀ ਨਾ, ਉਹ ਦੁਬਾਰੇ ਕਾਂਗਰਸ 'ਚ ਆਏ ਨੇ, ਅਰਵਿੰਦਰ ਸਿੰਘ ਲਵਲੀ, ਅਤੇ ਉਹਨਾਂ ਦਾ ਲੱਗਦਾ ਵੀ ਉਹ ਉਹਨਾਂ ਦੇ ਆਧਾਰ 'ਤੇ ਜੇ ਕਾਂਗਰਸ ਅੱਗੇ ਲੜਦੀ ਹੈ
ਤਾਂ ਦੇਖੋ ਵੀ ਕੁਛ ਸੀਟਾਂ ਜੇ ਲੈ ਸਕਦੀ ਹੈ, ਪਰ ਮੁੱਖ ਮੰਤਰੀ ਤੇ ਕਾਂਗਰਸ ਦਾ ਇੰਨਾ ਨਹੀਂ ਵਜੂਦ ਹੈਗਾ। ਲੜਾਈ ਹੈ ਜਿਹੜੀ ਉਹ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਦਰਮਿਆਨ ਹੀ ਰਹੂ। ਬਿਲਕੁਲ ਜੀ, ਔਰ ਕਾਫੀ ਇੰਟਰਸਟਿੰਗ ਰਹੇਗਾ ਦੇਖਣਾ ਕਿ ਕਿਸ ਤਰੀਕੇ ਦੇ ਨਾਲ, ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਵੀ ਵੱਡਾ ਜ਼ੋਰ ਲੱਗਾ ਹੋਇਆ ਕਿ ਦੁਬਾਰਾ ਜਿਹੜਾ ਦਿੱਲੀ ਦੇ ਉੱਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਬਜ਼ਾ ਕੀਤਾ ਜਾਵੇ। ਹੁਣ ਦੇਖਦੇ ਹਾਂ ਕਿ ਆਉਣ ਵਾਲੇ ਸਮਾਂ ਦੇ ਵਿੱਚ ਜਾਂ ਇਲੈਕਸ਼ਨ ਦੇ ਕੀ ਨਤੀਜੇ ਆਉਂਦੇ ਹੈਗੇ ਆ। ਅੱਜ ਦੇ ਨਿਊਜ਼ ਪੁਆਇੰਟ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਪ੍ਰੋਗਰਾਮ ਕਿਸ ਤਰੀਕੇ ਦਾ ਲੱਗਿਆ ਸਾਨੂੰ ਕਾਲ ਕਰਕੇ ਜ਼ਰੂਰ ਦੱਸਿਓ। ਸਾਡਾ ਸਟੂਡੀਓ ਦਾ ਨੰਬਰ ਹੈ 01211551001 ਤੇ ਅਖੀਰ 'ਤੇ ਫਤਿਹ ਦੀ ਸਾਂਝ ਪਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।